ਇਹ ਕਲਯੁਗ ਦੇ ਸਮੇਂ 'ਚ ਪਰਪਕਾਰ ਹੈ ਮਹਾਰਾਜ ਜੀ ਦਾ। ਉਸ ਵੇਲੇ ਸਤਸੰਗਤ ਜੀ ਕਹਿੰਦਾ ਜੀ ਮੈਨੂੰ ਕੀ ਹੁਕਮ ਹੈ? ਕਹਿੰਦੇ ਤੈਨੂੰ ਇਹੀ ਹੁਕਮ ਹੈ ਵੀ ਸਾਡੀ ਸੰਗਤ ਦੇ ਨੇੜੇ ਨਾ ਜਾਈ। ਕਹਿੰਦਾ ਜੀ ਫਿਰ ਤੁਸੀਂ ਵੀ ਦਰ 'ਚੋਂ ਰੋਕਦੇ ਹੋ? ਕਹਿੰਦੇ ਹਾਂ, ਤੈਨੂੰ ਰੋਕਦੇ ਹਾਂ, ਹੋਰ ਕਿਸੇ ਨੂੰ ਨਹੀਂ ਰੋਕਦੇ। ਕਹਿੰਦੇ ਜੀ ਮੈਨੂੰ ਫਿਰ ਕਦੋਂ ਆ ਗਿਆ? ਕਹਿੰਦੇ ਜਦੋਂ ਪ੍ਰਸ਼ਾਦ ਵਰਤੇ ਨਾ ਉਦੋਂ ਤੈਨੂੰ ਆ ਗਿਆ, ਉਹ ਵੀ ਜੋੜਿਆਂ 'ਚ ਕੱਢਣ ਦੀ, ਅੰਦਰ ਆਉਣ ਦੀ ਫਿਰ ਵੀ ਨਹੀਂ ਹੈ। ਜੋ ਪ੍ਰਸ਼ਾਦ ਵਰਤਾ ਉਦੋਂ ਹੀ ਕੁਲਵਾਟ ਪੈ ਜਾਂਦਾ ਖਾਲਸਾ ਜੀ, ਭਾਵੇਂ ਲੰਗਰ ਹੋਵੇ ਭਾਵੇਂ ਇੱਥੇ ਹੋਈਏ, ਉਹ ਹਲੇ ਬਾਹਰ ਹੀ ਖੜਾ ਹੁੰਦਾ, ਅੰਦਰ ਨਹੀਂ ਹਲੇ ਹੁੰਦਾ। ਸਤਸੰਗਤ ਜੀ ਕਹਿੰਦੇ ਫਿਰ, ਕਹਿੰਦੇ ਉਦੋਂ ਆਈ ਅੰਦਰ ਜਦੋਂ ਸਾਡੇ ਸਿੱਖ ਭੇਖੀ ਹੋਣਗੇ, ਦਿਖਾਵੇ ਦੇ ਹੋਣਗੇ, ਮਲੇਸ਼ ਟਾਈ ਹੋਊ, ਫਿਰ ਤੈਨੂੰ ਕੋਈ ਨਹੀਂ ਰੋਕਦਾ। ਸੋ ਖਾਲਸਾ ਜੀ ਇਹ ਆਪਾਂ ਅੱਖੀਂ ਦੇਖ ਰਹੇ ਹਾਂ।